ਨੂੰ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਆਪਣਾ ਸੋਨੂੰ ਮਾਨਸਾ ਜੀ। ਅੱਜ ਤੁਹਾਨੂੰ ਨਾਲ ਲੈ ਕੇ ਆਏ ਆਪਾਂ ਪਿੰਡ ਤਾਮਕੋਟ ਪਿਜਨ ਕਲੱਬ ਦੇ, ਜੋ ਕਿ ਬਹੁਤ ਮਸ਼ਹੂਰ ਆ। ਉਹਨਾਂ ਕੋਲ ਬਹੁਤ ਚੰਗੇ ਚੰਗੇ ਜਾਨਵਰ ਆ। ਅੱਜ ਤੁਹਾਨੂੰ ਵੀਰਾਂ ਨਾਲ ਮਿਲਾ ਰਹੇ ਹਾਂ ਜੀ, ਨਾਲੇ ਉਹਨਾਂ ਦੇ ਬਹੁਤ ਚੰਗੇ ਜਾਨਵਰ ਤੁਹਾਨੂੰ ਦਿਖਾ ਰਹੇ ਹਾਂ ਲਾਈਵ। ਆ ਜਾਓ ਮਿਲਦੇ ਹਾਂ ਬਾਈ ਨੂੰ ਆਪਾਂ ਜੀ। ਹਾਂਜੀ, ਅੱਜ ਆਪਾਂ ਪਹੁੰਚੇ ਹਾਂ ਜੀ ਪਿੰਡ ਤਾਮਕੋਟ ਪਿਜਨ ਕਲੱਬ 'ਚ। ਹਾਂਜੀ ਵੀਰ, ਅੱਜ ਆਪਾਂ ਪਹੁੰਚ ਗਏ ਹਾਂ ਤਾਮਕੋਟ ਪਿੰਡ ਦੇ ਵਿੱਚ। ਤੁਹਾਨੂੰ ਮਿਲਾਉਂਦੇ ਹਾਂ ਆਪਣੇ ਬਹੁਤ ਹੀ ਪਿਆਰੇ ਦੋਸਤ ਹੈਗੇ। ਕੀ ਹਾਲ ਆ ਬਾਈ ਜੀ? ਬਹੁਤ ਵਧੀਆ ਜੀ। ਇਹਨਾਂ ਦਾ ਨਾਮ ਹੈ ਜੀ ਚੀਨਾ ਮਾਨਸਾ ਤੋਂ ਬਾਈ ਜੀ। ਆਹ ਆਪਣੇ ਵੀਰ ਹੈ ਜੀ ਤਾਮਕੋਟ ਪਰਮ। ਹੋਰ ਬਾਈ ਜੀ ਕੀ ਹਾਲ, ਠੀਕ ਹੋ ਜੀ? ਆਹ ਆਪਣਾ ਵੀਰ ਹੈ ਵੀ, ਇਹ ਵੀ ਮਾਨਸਾ ਤੋਂ ਵੀਰ ਆਪਣਾ ਸੁੱਖੀ ਬਾਈ, ਸੁੱਖੀ ਨਾਮ ਹੈ ਬਾਈ ਦਾ ਜੀ। ਠੀਕ ਹੈ ਜੀ, ਅੱਜ ਆਪਾਂ ਪਹੁੰਚ ਗਏ ਬਾਈਆਂ ਕੋਲ, ਜਿਹੜੀ ਕਬੂਤਰੀ ਦੇ ਪਿਛਲੇ ਸਾਲ 5 ਲੱਖ ਦੀ ਬਾਜੀ ਜਿੱਤੀ ਸੀ, ਉਹ ਬਾਈ ਓਨਰ ਆ ਬਾਈ ਉਹਨਾਂ ਦੇ। ਠੀਕ ਹੈ ਜੀ, ਅੱਜ ਆਪਾਂ ਉਹ ਲੋਕਾਂ ਦੀ ਡਿਮਾਂਡ ਬਹੁਤ ਸੀ ਵੀ ਉਹ ਜਾਨਵਰ ਦੇਖਣਾ ਹੈ, ਉਹਦੇ ਮਾਂ ਪਿਓ ਦੇਖਣੇ ਵੀ ਕਿਵੇਂ ਦੇਣਾ, ਕਿਹੜੀ ਨਸਲ 'ਚੋਂ ਹੈ। ਸੋ ਬਾਕੀ ਗੱਲ ਤੁਹਾਨੂੰ ਬਾਈ ਜੀ ਦੱਸਣਗੇ। ਜਿਹੜੀ ਬਾਈ ਉਹ ਕਬੂਤਰੀ ਹੈ? ਹਾਂਜੀ ਹਾਂ, ਕਹਿੰਦੇ ਹੁੰਦੇ ਬਾਈ। ਬਾਈ ਬੱਲੂ ਕੋਲ ਅਸੀਂ ਬਾਜੀ ਵਾਲੇ ਨਹੀਂ ਛੱਡਿਆ ਸੀ। ਅੱਛਾ ਅੱਛਾ, ਬਾਈ ਸਤਿਕਾਰਯੋਗ ਹੈ, ਸਾਡੇ ਵੱਡੇ ਭਰਾ, ਸਾਡੇ ਗੁਰੂ ਵੀ ਹੈ। ਠੀਕ ਹੈ ਜੀ। ਅਤੇ ਕੁਛ ਬੰਦੇ ਆਪਣੇ ਇਹ ਜਿਹੇ ਹੁੰਦੇ ਜਿਹਨੂੰ ਆਪਾਂ ਜਵਾਬ ਨਹੀਂ ਦੇ ਸਕਦੇ। ਠੀਕ ਹੈ ਬਾਈ ਜੀ, ਵੀ ਆਪਣੇ ਤੋਂ ਕੋਈ ਆਪਣੇ ਨਾਲ ਤੋਂ ਮੰਗਦਾ ਜਾਂ ਕੋਈ ਆਪਣਾ ਨਾਰਾਜ਼ ਹੁੰਦਾ, ਉਹਦੇ ਕਰਕੇ ਉਹ ਪਹਿਲੇ ਆਪਾਂ ਬਾਈ ਨੂੰ ਗਿਫਟ ਕਰਤੀ। ਅੱਛਾ ਅੱਛਾ, ਉਹ ਤਾਂ ਬਾਈ ਜੀ ਕੋਲੇ ਆ ਜੀ, ਬਾਈ ਬੱਲੂ ਕੋਲੇ। ਅੱਛਾ, ਜਿਹੜੀ ਉਹਦੇ ਮਾਂ ਪਿਓ, ਜਿਹੜੇ ਮਾਂ ਪਿਓ ਨੇ ਜੀ ਉਹ ਆਪਣੇ ਕੋਲੇ। ਠੀਕ ਹੈ, ਤੁਹਾਨੂੰ ਦਰਸ਼ਨ ਕਰਾਵਾਂਗੇ ਬਾਈ। ਅਤੇ ਅੱਜ ਸਾਡੇ ਕੋਲ ਵੀ ਬਾਈ ਜੀ ਸਮਾਂ ਘੱਟ ਸੀਗਾ, ਅਤੇ ਬਾਈ ਸਾਡਾ ਭਰਾ ਹੈ ਵੱਡਾ, ਸਾਡੇ ਨਾਲ ਪਹਿਲਾਂ ਜਦੋਂ ਤੁਸੀਂ ਕੁੱਤੇ ਕੱਤੇ ਰੱਖੇ ਸੀ ਸਾਡੇ ਨਾਲ, ਉਹਦਾ ਇਕੱਠੀ ਰਹਿੰਦੇ ਹਾਂ ਅਸੀਂ। ਬਾਈ ਦਾ ਚੈਨਲ ਹੈ ਜੀ ਇਹ ਜਿਹੜਾ ਬਣਾਇਆ ਬਾਈ ਨੇ, ਇਹ ਬਾਈ ਸਾਰੇ ਭਰਾ ਸਬਸਕ੍ਰਾਈਬ ਕਰਿਓ, ਅਤੇ ਕਦੇ ਇੰਟਰਵਿਊ ਅਸੀਂ ਕਦੇ ਫੇਰ ਬਾਈ ਟਾਈਮ ਕੱਢਾਂਗੇ, ਅਤੇ ਅੱਜ ਤੁਹਾਨੂੰ ਉਹ ਜੋੜੀ ਦੇ ਦਰਸ਼ਨ ਕਰਾਉਂਦੇ ਹਾਂ ਜੀ। ਠੀਕ ਹੈ, ਕਾਲੀ ਉਹ ਘਰੋਂ ਲੈ ਕੇ ਆਈ ਜੋੜੀ ਫੜ ਕੇ ਮੋੜਾਂ ਦੇ ਮਾਂ ਪਿਓ। ਜਿਵੇਂ ਤੁਸੀਂ ਦੇਖ ਰਹੇ ਹੋ ਬਾਈ ਜੀ, ਵੀ ਬਾਈ ਨੇ ਬਹੁਤ ਵਧੀਆ ਸ਼ੌਂਕ ਪਾਲਿਆ ਪਿਆ। ਠੀਕ ਹੈ ਜੀ, ਬਾਕੀ ਤੁਹਾਨੂੰ ਦਿਖਾਉਣੇ ਆ ਬਾਈਆਂ ਨੇ ਜਾਨਵਰ, ਅਤੇ ਇਹਨੇ ਬਾਈ ਆ ਜਾਓ ਜੀ। ਹਾਂਜੀ ਬਾਈ, ਜਿਹੜੇ ਤੁਸੀਂ ਆ ਕੇਜ ਵਿੱਚ ਰੱਖਿਆ ਕਬੂਤਰ ਸਾਰੇ, ਇਹ ਬਾਈ ਕਿਉਂ ਰੱਖੇ ਧੁੱਪੇ ਜੀ? ਬਾਈ ਇਹ ਜੀ ਜਿਹੜਾ ਹੁਣ ਅਗਲੇ ਮੰਥ ਤੋਂ ਬਾਜੀਆਂ ਸਟਾਰਟ ਆ। ਅੱਛਾ ਜੀ। ਅੱਜ ਕੱਲ੍ਹ ਇੱਕ ਚੇਤ ਸੀ, ਮਤਲਬ ਜਿਹੜਾ 14 ਤਰੀਕ ਸੀ। ਅੱਛਾ ਜੀ। ਇਹ ਬਾਈ ਧੁੱਪਾਂ ਲਵਾਉਂਦੇ ਇਹਨਾਂ ਨੂੰ, ਇਹ ਸਾਰੇ ਸਰਦੀਆਂ ਤੋਂ ਬੰਦ ਸੀਗੇ। ਅੱਛਾ ਅੱਛਾ। ਇਹਨਾਂ ਨੂੰ ਦੁਬਾਰੇ ਗਿਝਾਉਣਾ ਸਾਰਿਆਂ ਨੂੰ। ਠੀਕ ਹੈ ਜੀ। ਜਿਵੇਂ ਜਿਵੇਂ ਬਾਜੀਆਂ ਮਤਲਬ ਜਿਹੜੇ ਇਹਨਾਂ ਨੂੰ ਕੱਢੀ ਜਾਵਾਂਗੇ, ਬਾਜੀਆਂ ਆਈ ਜਾਣਗੀਆਂ। ਠੀਕ ਹੈ ਜੀ। ਉਵੇਂ ਕੋਈ 30 ਦਾ ਪੂਰ ਕਦੇ 20 ਐਂ ਕੱਢ ਲਾਂਗੇ ਇਹਨਾਂ ਨੂੰ। ਇਹ ਸਾਰੇ ਨਵੇਂ ਬੱਚੇ ਜੀ? ਇਹ ਐਤਕੀ ਵਾਲੇ ਪੱਠੇ ਆ ਜੀ ਸਾਰੇ, ਜਿਹੜੇ 2019 'ਚ ਆਏ ਆ, ਅਤੇ 20 'ਚ ਬਾਜੀ ਛੱਡਣੇ। ਠੀਕ ਹੈ, ਠੀਕ ਹੈ। ਜਿੰਨੇ ਆਪਣੇ ਕੋਲ ਆਹ ਨਰ ਨੇ, ਦੂਜੇ ਪਾਸੇ ਮਦੀਨਾ ਪਾਈਆਂ ਹੋਈਆਂ ਨੇ। ਅੱਛਾ, ਸਾਰੇ ਨਰ ਜਿੰਨੇ ਹੈਗੇ ਨੇ ਜੀ? ਇਹ ਮਤਲਬ 60 ਨੇ। ਠੀਕ ਹੈ, ਠੀਕ ਆਪਣੇ ਕੋਲ 150 ਹੈ, ਅਤੇ ਬਾਕੀ ਉਹ ਦੂਜੇ ਪਾਸੇ ਆਪਣੇ ਖੁੱਡੇ ਨੇ 10 ਘਰੇ। ਅੱਛਾ ਅੱਛਾ ਜੀ। ਅਤੇ ਉੱਧਰ ਨੇ ਜੀ, ਇੱਧਰ ਇਕੱਲੇ ਮਤਲਬ ਖਿਜਾਉਣ ਖਿਜਾਉਣ ਵਾਲੇ। ਅੱਛਾ, ਜਿਹੜੇ ਬੱਚੇ ਨਵੇਂ ਤਿਆਰ ਕੀਤੇ ਤੁਸੀਂ ਜੀ? ਨਵੇਂ ਬੱਚੇ ਜੀ, ਇੱਧਰ ਅਸੀਂ ਮਤਲਬ ਇੱਧਰੋਂ ਬਾਜੀਆਂ ਛੱਡਦੇ ਹਾਂ। ਠੀਕ ਹੈ, ਠੀਕ ਹੈ। ਸਾਰੀਆਂ ਘਰੇ ਆ? ਅੱਛਾ, ਜਿਹੜੇ ਵੱਡੇ ਮਤਲਬ ਇਹਨਾਂ ਦੇ ਜਿਹੜੇ ਮਾਂ ਪਿਓ ਹੈ ਉਹ ਸਾਰੇ ਘਰੇ ਆ? ਘਰੇ। ਇਹ ਉਹਨਾਂ ਦੇ ਬੱਚੇ ਸਾਰੇ ਜੀ ਤੁਹਾਡੇ ਕੋਲੇ? ਠੀਕ ਹੈ ਜੀ। ਇਹ ਸਾਰੇ ਨਾਰਾ ਬਾਈ ਜੀ? ਇਹ ਨਾਰਾ ਹੈ ਜੀ। ਠੀਕ ਹੈ ਜੀ। ਆਹ ਪਿੱਛੇ ਮਦੀਨਾ ਨੇ ਜੀ। ਅੱਛਾ ਅੱਛਾ, ਆਹ ਮਦੀਨਾ ਜੀ? ਹਾਂਜੀ। ਇਹ ਕਬੂਤਰੀਆਂ ਬਾਈ? ਅੱਛਾ, ਇਹ ਸਾਰੀਆਂ ਕਬੂਤਰੀਆਂ ਬਾਈ ਜੀ? ਹਾਂਜੀ, ਛੱਡਣ ਵਾਲੀਆਂ ਇਸ ਵਾਰ। ਠੀਕ ਹੈ, ਠੀਕ ਹੈ ਜੀ। ਇਹ ਮਤਲਬ ਅਸੀਂ ਅੱਧੇ ਨੇ, ਬਾਕੀ ਘਰੇ ਨੇ। ਅੱਛਾ, ਟੋਟਲ ਕਿੰਨੇ ਕੁ ਬਾਈ ਜੀ ਆਪਣੇ ਕੋਲ? 150 ਬੱਚਾ ਬਾਈ ਇੱਥੇ। 150 ਬੱਚਾ ਤਿਆਰ ਕੀਤਾ ਇੱਥੇ ਜੀ? ਹਾਂਜੀ। ਠੀਕ ਹੈ, ਠੀਕ ਹੈ। ਆਹ ਸੀਜ਼ਨ ਕਿੰਨੇ ਬੱਚੇ ਤੁਸੀਂ ਛੱਡ ਦਿਓ ਬਾਈ ਜੀ? ਬਾਜੀਆਂ ਤਾਂ ਬਾਈ 30-35-40 ਛੱਡੀਆਂ ਜਾਂਦੀਆਂ ਨੇ, ਕਈ ਵਾਰੀ ਵੈਦਰ ਖਰਾਬ ਹੋ ਜਾਂਦਾ, ਹਨੇਰੀ। ਅੱਛਾ ਅੱਛਾ ਜੀ। ਅਤੇ
ਘਰੋਂ ਭੱਜ ਭੁੱਜ ਜਾਂਦੇ ਆ। ਅੱਛਾ ਅੱਛਾ ਜੀ, ਖਰਾਬ ਹੋ ਜਾਂਦੇ ਆ। ਠੀਕ ਹੈ ਠੀਕ ਹੈ, ਬੱਚੇ ਜ਼ਿਆਦਾ ਕਢਾਉਂਦੇ ਆ। ਠੀਕ ਹੈ ਬਾਈ, ਬਹੁਤ ਸੋਹਣੇ ਜਾਨਵਰ ਨੇ, ਮਤਲਬ ਬਾਜ਼ੀਆਂ ਛੱਡ ਲੈਂਦੇ ਆ। ਠੀਕ ਹੈ ਜੀ, ਮਤਲਬ ਇਹਨਾਂ 'ਚੋਂ ਛਾਣ ਕੇ ਥੋੜ੍ਹੇ ਚੰਗੇ ਕਬੂਤਰ ਆ ਤੁਸੀਂ ਛੱਡੋਗੇ। ਠੀਕ ਹੈ ਜੀ, ਇਸ ਵਾਰ ਠੀਕ ਹੈ ਜੀ। ਉਹ ਬਾਈ ਆਏ ਜੀ ਆਪਣੇ ਬੱਚੇ ਲੈ ਕੇ, ਜਿਹੜੇ ਉਹ ਪਿੱਛੇ ਨੇ। ਹਾਂਜੀ ਹਾਂਜੀ, 5-7 ਉਹ ਦੂਸਰਾ ਵਾਸਤੇ ਕੱਢਾਂਗੇ, ਪਹਿਲਾਂ ਜੇ ਮੌਸਮ ਮੌਸਮ ਵਧੀਆ ਰਿਹਾ ਤਾਂ। ਅੱਛਾ ਜੀ, ਬਾਜ਼ੀਆਂ ਛੱਡਾਂਗੇ ਜਿਹੜੀਆਂ ਵਿਸਾਖ 'ਚ ਹੁੰਦੀਆਂ। ਅੱਛਾ ਜੀ, ਠੀਕ ਹੈ ਬਾਈ ਜੀ। ਉਹ ਵੱਡੇ ਕਬੂਤਰ ਆ ਜੀ, ਕੋਈ ਬੱਚੇ ਉਹ ਵੀ ਜੀ? ਨਹੀਂ, ਸਾਰੇ ਪੱਠੇ ਆ ਜੀ ਇੱਧਰ ਤਾਂ। ਸਾਰੇ ਪੱਠੇ ਅਤੇ ਜਿਹੜੇ ਉਹ ਪਰਾਂ ਪੈਣੇ ਜੀ, ਅੱਜ ਦਿਖਾਉਂਦੇ ਤੁਹਾਨੂੰ ਜਾ ਕੇ। ਹੁਣ ਬੁਲਾ ਜਾ ਕੇ। ਹਾਂਜੀ, ਇਹ ਕਿਹੜੇ ਨੇ ਜੀ? ਇਹ ਹਲੇ ਜਿਹੜੇ ਇਹ ਜੀ ਹਜੇ ਸਰ ਨਹੀਂ ਹੋਏ। ਅੱਛਾ ਜੀ, ਹਜੇ ਇਹਨਾਂ ਦੇ ਮਤਲਬ ਖੰਭ ਜਿਹੜੇ ਪੂਰੇ ਨਹੀਂ ਆਏ ਪ੍ਰੋਪਰ। ਠੀਕ ਹੈ ਜੀ। ਇਹ ਜਿਹੜਾ ਵਿਚਾਲੇ ਵਾਲਾ ਜੀ, ਇਹ ਮੋਡਲ ਦਾ ਸਗਾ ਭਰਾ ਜਿਹੜਾ ਵਗ ਗਿਆ। ਅੱਛਾ ਜੀ, ਖੱਟੀਆਂ ਅੱਖਾਂ। ਇਹ ਜਿਹੜੇ 5 ਲੱਖ ਦੀ ਬਾਈ ਜਿੱਤੀ ਕਬੂਤਰੀ ਜੀ, ਉਹਦਾ ਭਰਾ ਸਖਾ ਜੀ? ਸਗਾ ਭਰਾ ਜੀ। ਠੀਕ ਹੈ ਠੀਕ ਹੈ ਜੀ। ਜਿਹੜਾ ਟੀਰਾ ਜਿਹਾ ਫਿਰਦਾ ਜੀ ਅੱਖਾਂ 'ਚ ਟਾਂਗ ਨੇ। ਹਾਂਜੀ ਹਾਂ, ਇਹ ਆਪਾਂ ਇੱਥੇ ਅਤਲੇ ਉੱਡੀ ਸੀ ਕਬੂਤਰੀ। ਅੱਛਾ ਜੀ, ਗੱਲ ਰਹਿ ਗਈ ਹਰ ਗਈ ਸੀ। ਅੱਛਾ ਜੀ, ਘੰਟਾ ਉੱਡੀ ਕੇ ਕਰਨਾ ਇਕੱਲਾ। ਠੀਕ ਹੈ ਜੀ। ਇਹ ਉਹਦਾ ਭਰਾ ਹੈ, ਅਤੇ ਜਿਹੜਾ ਇਹ ਜੀ ਆਪਣਾ ਕਰਾਰਾ ਰਾਈਪੁਰ ਦੇ ਸੇਮੇ ਚਿਚਰਾੜੀ ਮੋਟਰਸਾਈਕਲ ਜਿੱਤਿਆ ਸੀ। ਅੱਛਾ ਜੀ, ਉਹਦਾ ਭਰਾ ਹੈ ਜਿਹੜਾ ਮੂਹਰੇ ਕਬੂਤਰ ਜੀ। ਹਾਂਜੀ, ਇਹ ਘੱਟ ਸਾਰ ਹੋਣ ਕਰਕੇ ਇਹਨਾਂ ਦੇ ਖੰਭ ਖੁੰਭ ਤੁੜਾ ਲੈਂਦੇ, ਕਈ ਵਾਰੀ ਤਾਂ ਅੱਡ ਪਾਏ ਹੋਏ। ਠੀਕ ਹੈ ਬਾਈ ਜੀ। ਜੇ ਕਹੀਏ ਤਾਂ ਇਹ ਸਾਡਾ ਫੇਵਰਟ ਕਬੂਤਰ ਹੈ ਇਸ ਸੀਜ਼ਨ ਦਾ। ਠੀਕ ਹੈ ਜੀ, ਬਹੁਤ ਸੋਹਣੇ ਜਾਨਵਰ ਬਾਈ ਜੀ। ਅਤੇ ਜਿਹੜੇ ਆਹ ਉੱਪਰ ਨੇ ਜੀ, ਇਹ ਵੀ ਬਸ ਵਿੱਚੋਂ ਹੀ ਆਈਆਂ ਜੀ, ਨਾਲ ਨਾਲ ਦੇ। ਠੀਕ ਹੈ ਜੀ। ਉਹ ਬੁਰਜ ਹਰੀਅੜ ਦਾ ਭਰਾ ਹੈ। ਠੀਕ ਹੈ ਜੀ। ਹਾਂ, ਅਤੇ ਹੁਣ ਆਪਾਂ ਜੀ ਉਹ ਜੋੜੀ ਮੰਗਵਾ ਆਪਣੀ ਦੇਖੀਏ। ਹਾਂ, ਲੈ ਕੇ ਆਉਂਦਾ ਜੀ। ਹਾਂਜੀ ਹਾਂ, ਜੋੜੀ ਛਾ ਕਬੂਤਰ ਹੈ ਜੀ। ਹਾਂਜੀ, ਜਿਹੜੀ ਉਹ 5 ਲੱਖ ਦੀ ਬਾਜੀ ਕਬੂਤਰੀ ਆਪਣੀ ਜਿੱਤੀ ਸੀ, ਆਹ ਉਹਦੇ ਮਾਂ ਪਿਓ ਹੈ ਜੀ? ਹਾਂ, ਆਹ ਉਹਦੇ ਮਾਂ ਪਿਓ ਬਾਈ, ਤੁਹਾਨੂੰ ਪਤਾ ਕੁਝ ਦੱਸਦਾ ਮਤਲਬ ਪੂਰਾ ਐਕਸਪਲੇਨ ਕਰਕੇ। ਅੱਛਾ ਅੱਛਾ ਜੀ। ਉੱਥੇ ਬਾਈ 112 ਕਬੂਤਰ ਸੀ ਜਿੱਥੇ 5 ਲਵਾਈ ਸੀ। ਹਾਂਜੀ। ਅੱਛਾ, 112 ਕਬੂਤਰਾਂ 'ਚੋਂ ਇਕੱਲੀ ਕਬੂਤਰੀ ਜਿੱਤੀ ਆਪਣੀ? ਹਾਂਜੀ, ਅਤੇ ਕਈ ਵਿੱਚੋਂ ਮਤਲਬ 50 ਦੇ ਕਰੀਬ ਕਬੂਤਰ ਵਾਧੇ 'ਚ ਸੀਗੇ। ਅੱਛਾ ਜੀ, 50 ਤੋਂ ਉੱਪਰ ਸੀ? ਹਾਂਜੀ, ਅਤੇ ਮੋਟਰਸਾਈਕਲ ਵੀ ਸੀ ਬਾਈ। ਅੱਛਾ, ਇੱਕ ਸਾਈਡ 10 ਕਬੂਤਰਾਂ ਨੇ ਵੰਡੀ ਹੋਈ ਸੀ। ਠੀਕ ਹੈ ਜੀ। ਆਪਣੀ ਇਕੱਲੀ ਸੀ, ਆਪਾਂ ਬਾਜੀ ਨਹੀਂ ਕਿਸੇ ਨੇ ਕਰੀ। ਅੱਛਾ ਅੱਛਾ ਜੀ, ਮਤਲਬ 10 ਕਬੂਤਰ ਬਾਜ ਨੇ ਬਾਜੀ ਵੰਡ ਲਈ ਸੀ ਆਪਦੇ 'ਚ, ਆਪਣੀ ਇਕੱਲੀ ਉੱਡੀ ਆ? ਆਪਣੀ ਅੱਡ ਇਕੱਲੀ ਸੀ ਜੀ। ਹਾਂਜੀ, ਸਿੰਗਲ ਸੀ ਆਪਣੀ ਬਾਅਦ 'ਚ। ਠੀਕ ਹੈ ਜੀ। ਅਤੇ ਇਹ ਜੋੜਿਆਂ ਦਾ ਜਿਹੜਾ ਬਾਈ ਸਾਰਾ ਕੰਮ ਆ। ਹਾਂਜੀ ਹਾਂ, ਤੁਹਾਨੂੰ ਪਤਾ ਪਰਮ ਨੇ ਬੱਚੇ ਕਢਾਉਣੇ ਹੁੰਦੇ ਆ, ਪਰਮ ਨੇ ਲਿਖਣਾ ਸਾਰਾ, ਪਰਮ ਦਾ ਜੋੜੇ ਲਾਉਣ ਦਾ ਪਰਮ ਦਾ ਕੰਮ ਆ। ਅੱਛਾ ਅੱਛਾ ਜੀ, ਪਰਮ ਦੱਸੂਗਾ ਇਹਦੇ, ਇਹ ਉਹਦੇ ਮਾਂ ਪਿਓ ਹੈ। ਠੀਕ ਹੈ ਜੀ, ਦਿਖਾਓ ਜੀ ਕੱਢ ਕੇ ਜੀ। ਇਹ ਮਾਤਾ ਜੀ? ਇਹ ਪਿਓ ਹੈ ਜੀ। ਅੱਛਾ ਜੀ, ਆਹ ਉਹਦਾ ਪਿਓ ਹੈ ਜੀ, ਜਿਹੜੀ ਕਬੂਤਰੀ ਨੇ 5 ਲੱਖ ਦੀ ਬਾਜੀ ਅਤੇ 1 ਮੋਟਰਸਾਈਕਲ ਜਿੱਤਿਆ ਸੀ। ਠੀਕ ਹੈ ਜੀ, ਦਿਖਾਓ ਚੰਗੀ ਤਰ੍ਹਾਂ ਸਾਰੀ ਛੱਡਦੇ। ਲਓ ਜੀ ਸਰ, ਦਿਖਾਓ ਜੀ। ਇਹਦੇ ਬਾਰੇ ਥੋੜ੍ਹਾ ਦੱਸਿਓ ਪਰਮ ਜੀ ਸਾਨੂੰ। ਇਹ ਬਾਈ ਕਬੂਤਰ ਦਾ ਸੀਗਾ, ਬਾਈ ਮਿੱਕੀ ਦਾ। ਅੱਛਾ ਜੀ। ਇਹ ਜੰਡੋ ਕੇ ਪਿੰਡ ਬਾਜੀ ਛੱਡਿਆ ਸੀ। ਅੱਛਾ ਅੱਛਾ ਜੀ। ਬਾਜੀ ਤਾਂ ਹਰ ਗਿਆ ਸੀ, ਉੜਦਾ ਬਹੁਤ ਚੰਗਾ ਸੀ ਘਰੇ। ਠੀਕ ਹੈ ਜੀ। ਅਤੇ ਇਹਦੀ ਮਾਤਾ ਬਾਰੇ ਦੱਸੋ ਥੋੜ੍ਹਾ ਜੀ। ਇਹਦੀ ਮਾਂ ਗੀ ਬਾਈ ਬੱਲੂ ਦੇ ਝਾਲਰ ਵਾਲਿਆਂ 'ਚੋਂ। ਅੱਛਾ ਜੀ, ਜਿਹੜਾ ਬੱਲੂ ਮਾਡਲ ਵੱਜਦਾ ਬਾਈ ਜੀ। ਹਾਂਜੀ। ਅੱਛਾ ਜੀ, ਸਾਡਾ ਗੁਰੂ ਹੈ। ਅੱਛਾ ਜੀ, ਉਹਨਾਂ ਦਾ ਵੀ ਬਹੁਤ ਨਾਂ ਸੁਣਿਆ ਜੀ। ਇਹ ਮਾਂ ਜੀ ਮਾਡਲ। ਅੱਛਾ, ਇਹ ਮਾਂ ਕਬੂਤਰੀ ਦੀ। ਠੀਕ ਹੈ ਠੀਕ ਹੈ। ਇਹਨਾਂ ਦਾ ਤੁਹਾਡੇ ਕੋਲ ਹੋਰ ਆਸਰਾ ਕਿਹੜਾ ਜੀ, ਮਤਲਬ ਇਹਦਾ ਕੋਈ ਭੈਣ ਭਾਈ? ਜਿਹੜੇ ਮਾਂ ਪਿਓ ਹੈ ਜੀ। ਹਾਂਜੀ, ਜਿਵੇਂ ਮਾਂ ਵੀ ਇਕੱਲੀ ਹੈ, ਪਿਓ ਵੀ ਇਕੱਲਾ। ਅੱਛਾ, ਤੁਹਾਡੇ ਕੋਲ ਇਕੱਲਾ ਇਕੱਲਾ ਹੀ ਹੈ ਜੀ ਇਹ? ਕਬੂਤਰੀ ਬਾਈ ਬੱਲੂ ਦੀ ਹੈ। ਅੱਛਾ ਜੀ, ਜਿਹੜਾ ਕਬੂਤਰ ਹੈ ਜੀ। ਹਾਂਜੀ ਹਾਂ, ਮਿੱਕੀ ਦਾ। ਅੱਛਾ ਅੱਛਾ ਜੀ, ਬਾਈ ਇਹਨਾਂ ਦਾ ਜਮਾਂ। ਤੁਹਾਡੇ ਕੋਲ ਇਹਨਾਂ ਦਾ ਹੋਰ ਬੱਚਾ ਹੈ ਕੋਈ ਜੀ? ਐਤਕੀ ਬਹੁਤ ਨੇ ਜੀ, ਇਹਨਾਂ ਦਾ ਸਗਾ ਭੈਣ ਭਰਾ ਮਾਂ ਪਿਓ ਦਾ ਨਹੀਂ ਕੋਈ ਹੈਗਾ। ਅੱਛਾ ਅੱਛਾ, ਉਹ ਬਾਈ ਹਰਿਆਂ ਕੋਲ ਹੋਣਗੇ। ਅੱਛਾ, ਉਹ ਬਾਈ ਹਰਿਆਂ ਕੋਲ ਤੁਹਾਡੇ ਕੋਲ ਜੋੜਾ ਹੀ ਹੈ ਸਰ? ਸਾਡੇ ਕੋਲ ਜੋੜਾ ਜੀ। ਠੀਕ ਹੈ ਜੀ। ਇਹ ਵਾਰ ਇੱਕੋ ਹੀ ਬੱਚਾ ਸੀ। ਅੱਛਾ, ਜਿਹੜੀ ਕਬੂਤਰੀ ਉੱਡੀ ਹੈ ਜੀ? ਜਿਹੜੀ ਉੱਡੀ ਹੈ ਜੀ, ਐਤਕੀ ਬਹੁਤ ਨੇ। ਅੱਛਾ, ਐਤਕੀ ਬਹੁਤ ਨੇ ਜੀ। ਜਿਹੜਾ ਪਿਓ ਹੈ ਦਾ ਜੰਡੋਕੇ ਵਾਲਾ। ਅੱਛਾ ਜੀ, ਹੋਰ ਕਬੂਤਰੀ ਨਾਲ ਵੀ ਕਢਾਏ ਨੇ ਜੀ, ਅਤੇ ਜਿਹੜੀ ਸਗੀ ਮਾਂ ਹੈ ਜੀ ਇਹਦੇ ਨਾਲ ਵੀ ਬੱਚੇ। ਅੱਛਾ ਅੱਛਾ ਜੀ। ਹਾਂਜੀ, ਠੀਕ ਹੈ ਜੀ। ਇਹ ਤਾਂ ਬਾਈ ਬਹੁਤ ਮੰਗ ਸੀ ਇਹਨਾਂ ਕਬੂਤਰਾਂ ਦੀ ਦੇਖਣ ਦੀ ਲੋਕਾਂ ਨੂੰ। ਠੀਕ ਹੈ ਜੀ। ਅਸੀਂ ਅੱਜ ਟਾਈਮ ਕੱਢ ਕੇ ਤੁਹਾਨੂੰ ਫੋਨ ਕੀਤਾ ਵੀ ਬਾਈ ਜੀ ਜਿਵੇਂ ਸੈਟਿੰਗ ਕਰੋ ਸਾਡਾ, ਤੁਸੀਂ ਵੀ ਚਲੋ
ਟਾਈਮ ਕੱਢਿਆ ਸਾਡੇ ਲਈ, ਤੁਹਾਡਾ ਬਹੁਤ ਬਹੁਤ ਧੰਨਵਾਦ ਵੱਡੇ ਵੀਰ। ਤੇ ਲੋਕਾਂ ਦੀ ਬਹੁਤ ਡਿਮਾਂਡ ਸੀ ਵੀ ਉਹ ਕਬੂਤਰ ਦੇ ਮਾਂ ਪਿਓ ਤੁਹਾਨੂੰ ਦਿਖਾਓ ਕਿਹੜੇ ਆ, ਜਿਹਨੇ ਸ਼ੌਂਕ ਹੈ ਜੀ ਕੋਈ ਹਰੇਕ ਇੰਨੇ ਕਬੂਤਰਾਂ 'ਚੋਂ 5 ਲੱਖ ਦੀ ਬਾਜੀ ਕੱਲੀ ਨੇ ਜਿੱਤੀ ਪਲੱਸ ਇੱਕ ਮੋਟਰਸਾਈਕਲ। ਹਾਂਜੀ ਠੀਕ ਹੈ ਬਾਈ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਜੋ ਇੰਨਾ ਕੀਮਤੀ ਸਮਾਂ ਕੱਢ ਕੇ ਤੁਸੀਂ ਸਾਡੇ ਦਰਸ਼ਕਾਂ 'ਚ ਆਪਣੇ ਜਾਨਵਰ ਦਿਖਾਏ। ਅਤੇ ਵੀਰ ਜੀ ਹੁਣ ਬਸ ਅਸੀਂ ਅਲਵਿਦਾ ਚਾਹੁੰਦੇ ਹਾਂ ਤੋਂ ਜੀ, ਅਤੇ ਬਹੁਤ ਬਹੁਤ ਧੰਨਵਾਦ ਵੀਰ। ਮੈਂ ਜਾਂਦੇ ਹੋਏ ਵੀ ਇੱਕ ਐਂ ਵੀ ਕਬੂਤਰ ਸਾਨੂੰ ਜਿਹੜੇ ਖੁੱਡਿਆਂ 'ਚ ਛੋਟੇ ਉਹ ਦਿਖਾ ਦਿਓ ਜੀ। ਹਾਂ ਦਿਖਾ ਦਿੰਦੇ ਹਾਂ। ਠੀਕ ਹੈ ਵੀਰ ਆ ਜੀ।